ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਚੱਲਦੀ ਹੋਈ ਵਿਚਾਰ ਅਨੁਸਾਰ ਵਾਰਸਤ ਬਾਣੀ ਨੂੰ ਆਧਾਰ ਬਣਾ ਕੇ ਐਤਵਾਰ ਤੋਂ ਲੈ ਕੇ ਵੀਰਵਾਰ ਤੱਕ ਦਿਨਾਂ ਦੇ ਨਾਮਕਰਨ ਕਿਵੇਂ ਹੋਏ, ਉਹਨਾਂ ਬਾਰੇ ਵਿਚਾਰਾਂ ਕੀ ਕੀਤੀਆਂ ਜਾਂਦੀਆਂ ਨੇ, ਇਹ 'ਤੇ ਵਿਚਾਰ ਕੀਤੀ ਸੀ। ਅੱਜ ਅਸੀਂ ਸ਼ੁੱਕਰਵਾਰ ਬਾਰੇ ਵਿਚਾਰ ਕਰਾਂਗੇ, ਕਿਉਂਕਿ ਸਾਡੇ ਸੱਭਿਆਚਾਰ ਵਿੱਚ ਸ਼ੁੱਕਰਵਾਰ ਦਾ ਜਿਹੜਾ ਨਾਮਕਰਨ, ਇਹਦੇ ਬਾਰੇ ਭਰਮ, ਇਹਦੇ ਬਾਰੇ ਲੋਕ ਵਿਸ਼ਵਾਸ, ਅਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਸ਼ੁੱਕਰਵਾਰ ਬਾਰੇ ਕੀ ਫਰਮਾਨ ਕੀਤਾ। ਤਾਂ ਸਭ ਤੋਂ ਪਹਿਲਾਂ ਹੈ ਕਿ ਜਗਿਆਸੂ ਦਾ ਸਵਾਲ ਕਿ ਸ਼ੁੱਕਰਵਾਰ ਨੂੰ ਸ਼ੁੱਕਰਵਾਰ ਕਿਹਾ ਹੀ ਕਿਉਂ ਜਾਂਦਾ। ਇਹ ਠੀਕ ਆ, ਜੋ ਅਸੀਂ ਪੜ੍ਹਾਉਂਦੇ ਹਾਂ ਕਿ ਜਿਹੜਾ ਸ਼ੁੱਕਰ ਗ੍ਰਹਿ ਦੇ ਨਾਂ ਦੇ ਉੱਪਰ ਜਿਹੜਾ ਸ਼ੁੱਕਰਵਾਰ ਪ੍ਰਚਲਿਤ ਹੋਇਆ, ਜਿਹਨੂੰ ਅਸੀਂ ਇੰਗਲਿਸ਼ ਵਿੱਚ ਫਰਾਈਡੇ ਕਹਿੰਦੇ ਹਾਂ, ਅਤੇ ਅਰਬੀ ਦੇ ਵਿੱਚ ਜੁੰਮਾ ਕਿਹਾ ਜਾਂਦਾ, ਕਿਉਂਕਿ ਜੁੰਮਾ ਸ਼ੁੱਕਰਵਾਰ ਦਾ ਦਿਨ ਇਸਲਾਮ ਦੇ ਵਿੱਚ ਇੱਕ ਪਵਿੱਤਰ ਦਿਨ ਮੰਨਿਆ ਜਾਂਦਾ ਹੈ। ਔਰ ਇਹਦੇ ਬਾਰੇ ਬਹੁਤ ਸਾਰੀਆਂ ਮਾਨਤਾਵਾਂ ਹੀ ਨੇ ਕਿ ਜਿਹੜੀ ਆ ਵੀਨਸ ਨੂੰ ਦੇਵੀ ਵੀ ਮੰਨਿਆ ਖੂਬਸੂਰਤੀ ਦੀ, ਔਰ ਅੱਗੇ ਜਦੋਂ ਅੰਗਰੇਜ਼ੀ ਪੰਜਾਬੀ ਕੋਸ਼ ਵਿੱਚ ਉਹਨੂੰ ਦੇਵੀ ਜਾਂ ਖੂਬਸੂਰਤੀ ਦੀ ਦੇਵੀ ਆਦਿ ਸ਼ਬਦ ਨੇ, ਅਤੇ ਉਹਦੇ ਵਿੱਚ ਸ਼ੁਕਰ ਗ੍ਰਹਿ ਵੀ ਹੈ। ਸਮਰਥ ਕੋਸ਼ ਦੇ ਵਿੱਚ ਦੈਂਤ ਗੁਰੂ ਵੀ ਲਿਖਿਆ ਹੈ, ਕਿਉਂਕਿ ਕਿਸੇ ਵੀ ਸਾਹਿਤ ਵਿੱਚ ਜਿਹੜਾ ਮਿੱਥ ਹੁੰਦਾ, ਮਿੱਥ ਵਿੱਚ ਇਹਨੂੰ ਦੈਂਤਾਂ ਦਾ ਗੁਰੂ ਵੀ ਲਿਖਿਆ। ਤਾਂ ਜਿੱਥੇ ਹੋਰ ਅਨੇਕ ਨਾਮ ਨੇ, ਉਹ ਦੈਂਤ ਗੁਰੂ ਕਰਕੇ ਬਹੁਤ ਸਾਰੇ ਸੰਸਕ੍ਰਿਤੀ ਦੇ ਵਿੱਚ ਇਹਦੇ ਬਾਰੇ ਡਰ ਵੀ ਨੇ, ਔਰ ਉਸ ਡਰ ਦੇ ਅਧੀਨ ਅਨੇਕ ਤਰ੍ਹਾਂ ਦੇ ਵਰਤ ਵੀ ਰੱਖੇ ਜਾਂਦੇ ਹੈ। ਫਿਰ ਉਹਦੀ ਕਰੋਪੀ ਤੋਂ ਬਚਾਓ ਵਾਸਤੇ ਇਸ ਦਿਨ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਮਿੱਥ ਕਥਾਵਾਂ ਵੀ ਨੇ, ਬਹੁਤ ਸਾਰੇ ਭਾਉ ਵੀ ਨੇ, ਡਰ ਵੀ ਨੇ। ਇੱਕ ਸਵਾਲ ਇਹ ਵੀ ਹੁੰਦਾ ਕਿ ਇਹ ਡਰ ਅਤੇ ਵਿਸ਼ਵਾਸ ਕਿਵੇਂ ਬਣਦੇ ਆ। ਵਿਸ਼ਵਾਸ ਇੱਕ ਆਪਣੇ ਆਪ ਵਿੱਚ ਪ੍ਰਸ਼ਨ ਹੈ ਕਿ ਜਦੋਂ ਕੋਈ ਗੱਲ ਕਿਸੇ ਦਿਨ, ਕਿਸੇ ਤਿੱਥ, ਕਿਸੇ ਵਾਰ 'ਤੇ, ਕਿਸੇ ਮਹੀਨੇ 'ਤੇ, ਕਿਸੇ ਤਰੀਕ 'ਤੇ ਜਦੋਂ ਦੋ ਚਾਰ ਵਾਰ ਘਟਦੀ ਹੈ ਕਿਸੇ ਦੇ ਨਾਲ, ਉਹਦਾ ਵਿਸ਼ਵਾਸ ਜਾਂ ਅੰਧ ਵਿਸ਼ਵਾਸ ਪ੍ਰਪੱਕ ਹੋ ਜਾਂਦਾ। ਔਰ ਇਸੇ ਲਈ ਹਰ ਧਰਤੀ ਦੇ ਉੱਤੇ ਜਿਹੜੇ ਲੋਕ ਵਿਸ਼ਵਾਸ ਬਣੇ ਹੋਏ ਨੇ ਜਾਂ ਅਨੇਕ ਤਰ੍ਹਾਂ ਦੇ ਡਰ ਭਰਮ ਨੇ, ਉਹਨਾਂ ਦੇ ਪਿੱਛੇ ਇੱਕ ਲੰਬੇ ਕਾਰਨ ਵੀ ਨੇ, ਔਰ ਉਹ ਕਾਰਨ ਕਰਕੇ ਹੀ ਅਨੇਕ ਤਰ੍ਹਾਂ ਦੇ ਅੰਧ ਵਿਸ਼ਵਾਸ ਪ੍ਰਚਲਿਤ ਹੁੰਦੇ ਨੇ। ਪਰ ਕਿਉਂਕਿ ਅਸੀਂ ਸਿੱਖ ਸੱਭਿਆਚਾਰ ਦੀ ਦ੍ਰਿਸ਼ਟੀ ਤੋਂ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਤੁਸੀਂ ਵਾਰ ਨੂੰ ਕਿਸ ਦ੍ਰਿਸ਼ਟੀ ਤੋਂ ਸੋਚਦੇ ਹੋ ਅਤੇ ਕਿਸ ਦ੍ਰਿਸ਼ਟੀ ਤੋਂ ਉਹਦੇ ਬਾਰੇ ਆਪਣਾ ਨਜ਼ਰੀਆ ਬਣਾਉਣਾ ਹੈ। ਇੱਕ ਤਾਂ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ ਜਿਹੜੀ ਵਾਰਸਤ ਹੈ, ਉਹਨਾਂ ਦਾ ਸ਼ਬਦ ਹੈ ਕਿ ਸੋਕ੍ਰਿਤ ਸਹਾਰੇ ਸੋ ਇਹ ਵਰਤ ਚੜ੍ਹੈ। ਉੱਥੇ ਸ਼ੁੱਕਰਵਾਰ ਲਈ ਸੋਕ੍ਰਿਤ ਹੈ, ਵੈਸੇ ਸੋਕ੍ਰਿਤ ਦਾ ਅਰਥ ਹੁੰਦਾ ਚੰਗੀ ਕਿਰਤ, ਭਲੀ ਕਿਰਤ। ਤਾਂ ਜਦੋਂ ਤੁਸੀਂ ਕਿਸੇ ਦਿਨ ਨੂੰ ਭਲੀ ਕਿਰਤ ਕਰਦੇ ਹੋ ਤਾਂ ਇਹ ਜਿਹੜੀ ਵਿਖੜਾ ਪੈਂਡਾ ਹੈ ਜਾਂ ਵਿਖੜੀ ਘਾਟੀ ਹੈ ਉਹਨੂੰ ਮਨੁੱਖ ਸਰ ਕਰ ਲੈਂਦਾ, ਕਿਉਂਕਿ ਜੇ ਉਹ ਕਿਸੇ ਡਰ ਦੇ ਅਧੀਨ ਵਿਚਰਦਾ ਤਾਂ ਉਹਦਾ ਜੀਵਨ ਦੀ ਜਿਹੜੀ ਚਾਲ ਹੋਰ ਤਰੀਕੇ ਦੀ ਹੁੰਦੀ ਹੈ। ਇੱਕ ਸਾਡੇ ਵੀ ਸਵਾਲ ਆਇਆ ਕਿ ਸੜਕਾਂ ਵਿੱਚ ਸਪੀਡ ਬ੍ਰੇਕਰ ਹੁੰਦੇ ਆ ਕਿ ਸਪੀਡ ਬ੍ਰੇਕਰਾਂ 'ਚ ਸੜਕ ਹੁੰਦੀ ਹੈ। ਜੇ ਤਾਂ ਸੜਕ ਵਿੱਚ ਸਪੀਡ ਬ੍ਰੇਕਰ ਨੇ ਤਾਂ ਉਹਨਾਂ ਦੀ ਗਿਣਤੀ ਘੱਟ ਹੈ, ਉਹ ਇੱਕ ਨਿਯਮਾਵਲੀ ਹੈ। ਪਰ ਜੇਕਰ ਸਪੀਡ ਬ੍ਰੇਕਰ ਵਿੱਚ ਸੜਕ ਹੈ ਤਾਂ ਉਹ ਬਹੁਤ ਖਤਰਨਾਕ ਪੰਦ ਹੋਏਗਾ। ਇਸ ਲਈ ਸਾਡੀ ਜਿਹੜੀ ਭਾਰਤੀ ਸੰਸਕ੍ਰਿਤੀ ਹੈ ਇਹਦੇ ਵਿੱਚ ਜਿੰਨੇ ਡਰ ਨੇ,
ਇਹ ਅਸਲ ਵਿੱਚ ਬੇਅੰਤ ਤਰ੍ਹਾਂ ਦੇ ਸਪੀਡ ਬ੍ਰੇਕਰ ਨੇ ਜਿਹੜੇ ਬੰਦੇ ਦੇ ਜੀਵਨ ਸਫ਼ਰ ਦੇ ਵਿੱਚ ਬਹੁਤ ਵੱਡੀ ਰੁਕਾਵਟ ਬਣ ਜਾਂਦੇ ਹਨ। ਅਸੀਂ ਜਿਹੜੀ ਵਾਰਸਤ ਬਾਣੀ ਨੂੰ ਮੁੱਖ ਰੱਖ ਕੇ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਚਨਾ ਬਾਣੀ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 841 ਅੰਗ ਉੱਪਰ ਦਰਜ ਹੈ, ਉਹਦੇ 'ਤੇ ਸ਼ੁੱਕਰਵਾਰ ਬਾਰੇ ਵਿਚਾਰ ਕਰਾਂਗੇ ਕਿ ਸਤਿਗੁਰਾਂ ਨੇ ਬਾਣੀ ਵਿੱਚ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਵਾਰਸਤ ਬਾਣੀ ਵਿੱਚ ਸ਼ੁੱਕਰਵਾਰ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸ਼ੁੱਕਰਵਾਰ ਪ੍ਰਭ ਰਹਿਆ ਸਮਾਈ, ਹੇ ਭਾਈ ਸੰਸਾਰ ਦੇ ਲੋਕੋ, ਜਿਹੜਾ ਅਕਾਲ ਪੁਰਖ ਹੈ ਨਾ, ਉਹ ਤਾਂ ਹਰ ਦਿਨ ਦੇ ਵਿੱਚ ਹਰ ਥਿੱਤਵਾਰ ਦੇ ਵਿੱਚ ਹਰ ਥਾਂ 'ਤੇ ਰਮਿਆ ਹੋਇਆ ਹੈ। ਆਪ ਉਪਾਏ ਸਭ ਕੀਮਤ ਪਾਈ, ਜਿਹਨੇ ਸਭ ਕੁਝ ਆਪ ਹੀ ਪੈਦਾ ਕੀਤਾ ਉਹਨੇ ਉਹਦੀ ਕੀਮਤ ਅਤੇ ਕਦਰ ਵੀ ਆਪ ਹੀ ਪਾਈ ਹੈ, ਕਿਉਂਕਿ ਜੇ ਇਹ ਗ੍ਰਹਿ ਦੇ ਨਾਂ ਦੇ ਉੱਤੇ ਹੈ ਤਾਂ ਗ੍ਰਹਿ ਵੀ ਅਕਾਲ ਪੁਰਖ ਦੀ ਖੇਡ ਹੈ, ਅਤੇ ਜੇ ਕਿਸੇ ਸੰਸਕ੍ਰਿਤੀ ਦੇ ਵਿੱਚ ਇਹ ਮਿੱਥ ਵੀ ਮੰਨ ਲਿਆ ਵੀ ਇਹ ਦੰਤਾਂ ਦਾ ਗੁਰੂ ਹੈ ਤਾਂ ਉਹ ਵੀ ਅਕਾਲ ਪੁਰਖ ਦੀ ਖੇਡ ਹੈ। ਇਸ ਲਈ ਇਹ ਤੋਂ ਡਰਨ ਦੀ ਲੋੜ ਨਹੀਂ, ਉਹਦੀ ਕੀਮਤ ਅਕਾਲ ਪੁਰਖ ਨੇ ਹੀ ਪਾਈ ਹੋਈ ਜੋ ਕੁਝ ਉਹਨੇ ਰਚਿਆ ਹੋਇਆ। ਸਤਿਗੁਰੂ ਕੀ ਕਹਿੰਦੇ, ਗੁਰਮੁਖ ਹੋਏ ਸੋ ਕਰੇ ਵਿਚਾਰ। ਮਨੁੱਖ ਗੁਰੂ ਵੱਲ ਮੁੱਖ ਹੋਵੇ, ਗੁਰੂ ਦੀ ਸਿੱਖਿਆ ਵਾਲਾ ਹੋਵੇ ਤਾਂ ਉਹ ਫਿਰ ਡੂੰਘੀ ਵਿਚਾਰ ਕਰਦਾ ਹੈ, ਅਧਿਐਨ ਕਰਦਾ ਹੈ। ਸੱਚ ਸੰਜਮ ਕਰਨੀ ਹੈ ਕਾਰ, ਉਹ ਫਿਰ ਸੱਚ ਦਾ ਅਤੇ ਸੰਜਮ ਦਾ ਧਾਰਨੀ ਹੁੰਦਾ ਹੈ ਅਤੇ ਆਪਣੇ ਜੀਵਨ ਦੇ ਕਾਰ ਵਿਹਾਰ ਜਿਹੜੇ ਹੈ ਉਸ ਅਕਾਲ ਪੁਰਖ ਦੇ ਭੈ ਅਤੇ ਭਾਉ ਵਿੱਚ ਕਰਦਾ ਹੈ। ਵਰਤ ਨੇਮ ਨਿਤਾ ਪ੍ਰਤ ਪੂਜਾ। ਸਤਿਗੁਰੂ ਕਹਿੰਦੇ ਕਿ ਜਿਹੜੇ ਅਨੇਕ ਤਰ੍ਹਾਂ ਦੇ ਡਰ ਦੇ ਅਧੀਨ ਵਰਤ ਰੱਖਣੇ, ਇੱਕ ਹੈ ਕਿ ਹਿਕਮਤ ਦੇ ਨਜ਼ਰੀਏ ਤੋਂ ਸਿਹਤ ਦੀ ਤੰਦਰੁਸਤੀ ਵਾਸਤੇ ਵਰਤ ਰੱਖਣਾ, ਉਹ ਇੱਕ ਲਹਿਦਾ ਇਸ਼ੂ ਹੈ। ਪਰ ਕਈ ਵਾਰੀ ਬੰਦਾ ਕਿਸੇ ਜਦੋਂ ਡਰ ਦੇ ਅਧੀਨ ਵਰਤ ਰੱਖਦਾ ਅਤੇ ਕਈ ਵਾਰੀ ਉਸ ਦਿਨ 'ਤੇ ਵਰਤ ਰੱਖਿਆ ਨਹੀਂ ਜਾਂਦਾ ਤਾਂ ਉਹ ਫਿਰ ਅਨੇਕ ਤਰ੍ਹਾਂ ਦੇ ਡਰ ਅਤੇ ਭਰਮ ਦੇ ਵਿੱਚ ਪੈ ਜਾਂਦਾ ਕਿ ਮੈਂ ਇਹ ਕਿਉਂ ਨਹੀਂ ਕਰ ਸਕਿਆ। ਇਹ ਇਸ ਤਰ੍ਹਾਂ ਦਾ ਜਿਹੜੀ ਨਿੱਤ ਦੀ ਕਰਮ ਜਾਂ ਇਸ ਤਰ੍ਹਾਂ ਦੇ ਡਰਾਂ ਦੇ ਅਧੀਨ ਜਦੋਂ ਮਨੁੱਖ ਜਿਉਂਦਾ ਹੈ ਅਤੇ ਸਤਿਗੁਰੂ ਕਹਿੰਦੇ ਬਿਨ ਬੂਝੇ ਸਭ ਭਾਉ ਹੈ ਦੂਜਾ। ਜਦੋਂ ਬੰਦਾ ਸੱਚ ਨੂੰ ਨਹੀਂ ਨਾ ਬੁੱਝਦਾ, ਸੱਚ ਦੇ ਗਿਆਨ ਨਾਲ ਨਹੀਂ ਜੁੜਦਾ ਅਤੇ ਉਹ ਦੂਜੇ ਭਾਉ ਵਿੱਚ ਜਿਉਂਦਾ ਹੈ ਅਤੇ ਦੂਜੇ ਪਾਏ ਸਦਾ ਦੁੱਖ ਪਾਏ, ਇਹ ਵੀ ਗੁਰਬਾਣੀ ਦਾ ਫਰਮਾਨ ਹੈ। ਕਿਉਂਕਿ ਇੱਕ ਅਕਾਲ ਪੁਰਖ ਦਾ ਓਟ ਆਸਰਾ ਛੱਡ ਕੇ, ਉਹਦੇ ਦਰ ਦੀ ਵਡਿਆਈ ਛੱਡ ਕੇ ਜਦੋਂ ਮਨੁੱਖ ਦੂਜੇ ਭਾਉ ਵਿੱਚ ਜਿਉਂਦਾ ਕਿ ਕੋਈ ਹੋਰ ਵੀ ਸ਼ਕਤੀ ਹੈ ਤਾਂ ਉਹਨੂੰ ਜ਼ਿੰਦਗੀ ਵਿੱਚ ਬਹੁਤ ਭਟਕਣਾ ਪੈਂਦੀ ਹੈ। ਜਿਹਨੂੰ ਸਤਿਗੁਰੂ ਕਹਿੰਦੇ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ, ਜਦੋਂ ਆਪਣੇ ਮਾਲਕ ਦਾ ਦਰ ਛੱਡ ਦਿੱਤਾ ਉਦੋਂ ਫਿਰ ਮਨੁੱਖ ਜ਼ਿੰਦਗੀ ਦੇ ਵਿੱਚ ਡੁੱਬਦਾ ਵੀ ਹੈ ਔਰ ਬਹੁਤ ਸਾਰੀਆਂ ਘਾਟਾਂ ਵੀ ਖਾਂਦਾ ਹੈ, ਡਿਪਰੈਸ਼ਨ ਵਿੱਚ ਵੀ ਹੁੰਦਾ ਹੈ, ਟੈਨਸ਼ਨ ਵਿੱਚ ਵੀ ਹੁੰਦਾ ਹੈ। ਇਸ ਲਈ ਜਿਹੜਾ ਸ਼ੁੱਕਰਵਾਰ ਹੈ ਇਹਦੇ ਪ੍ਰਤੀ ਸਤਿਗੁਰਾਂ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਕਿ ਭਾਈ ਦੂਜੇ ਭਾਉ ਵਿੱਚ ਨਹੀਂ ਜਿਉਣਾ। ਇੱਕ ਅਕਾਲ ਜਿਹੜਾ ਨਿਰਭਉ ਜਿਨ ਨਿਰਭਉ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਡਰ ਰਹਿਤ ਪ੍ਰਭੂ ਦਾ ਸਿਮਰਨ ਕੀਤਾ ਡਰ ਉਹਦੇ ਦੂਰ ਹੁੰਦੇ ਨੇ। ਇਹ ਸ਼ੁੱਕਰਵਾਰ ਵਿੱਚ ਬਹੁਤ ਸਾਰੇ ਲੋਕ ਵਿਸ਼ਵਾਸ ਭਾਵੇਂ ਮਾਨਤਾ ਰੱਖਦੇ ਨੇ, ਵੱਖ ਵੱਖ ਵਿਚਾਰਾਂ ਵੀ ਹਨ, ਵੱਖ ਵੱਖ ਅਨੇਕ ਤਰ੍ਹਾਂ ਦੇ ਫੋਕਟ ਕਰਮ ਕਾਂਡ ਵੀ ਹਨ, ਪਰ ਸਤਿਗੁਰਾਂ ਨੇ ਬਾਣੀ ਦੇ ਵਿੱਚ ਆਪਣੇ ਨਾਦੀ ਪਰਿਵਾਰ ਨੂੰ ਇਹ ਬਖਸ਼ਿਸ਼ ਕੀਤੀ ਹੈ ਕਿ ਹੇ ਸੰਸਾਰੀ ਲੋਕੋ,
ਤੁਸੀਂ ਕਿਸੇ ਭਰਮ ਵਿੱਚ ਨਹੀਂ ਪੈਣਾ, ਕਿਉਂਕਿ ਉਸ ਅਕਾਲ ਪੁਰਖ ਦੀਆਂ ਖੇਡਾਂ ਨੇ। ਇਹ ਨਹੀਂ ਵੀ ਇੱਕ ਦਿਨ ਸਾਡੇ ਲਈ ਚੰਗਾ ਹੋਵੇ ਅਤੇ ਦੂਜਾ ਦਿਨ ਸਾਡੇ ਲਈ ਮੰਦਾ ਹੋਵੇ। ਜਿਵੇਂ ਅਸੀਂ ਬੁੱਧ ਕੰਮ ਸ਼ੁੱਧ ਕਹਿ ਲੈਂਦੇ ਹਾਂ ਅਤੇ ਕੁਝ ਦਿਨਾਂ ਨੂੰ ਅਸੀਂ ਆਪ ਹੀ ਨਕਾਰ ਲੈਂਦੇ ਹਾਂ। ਇਸ ਲਈ ਸਤਿਗੁਰੂ ਨੇ ਕਿਹਾ ਦਿਨ ਸਾਰੇ ਭਲੇ ਹਨ, ਤੁਸੀਂ ਕਰਮ ਚੰਗਾ ਕਰੋ। ਤਾਂ ਜੇ ਤੁਸੀਂ ਕਰਮ ਚੰਗਾ ਕਰਦੇ ਹੋ, ਸਾਰੇ ਹੀ ਦਿਨ ਮਹੀਨੇ ਥਿੱਤਾਂ ਵਾਰਾਂ ਸਮਾਂ ਘੜੀਆਂ ਸਭ ਕੁਝ ਭਲਾ ਹੀ ਭਲਾ ਹੈ। ਇਸ ਲਈ ਇਹ ਮਹਾਨ ਉਪਦੇਸ਼ ਸ਼ੁੱਕਰਵਾਰ ਰਾਹੀਂ ਬਖਸ਼ਿਸ਼ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।